ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਦਾ ਕਮੈਂਟ ਆਇਆ ਸੀ ਕਿ ਬਾਕੀ ਕਿਦਾਂ ਪਤਾ ਕਰੀਏ ਕਿ ਆਪਣੀ ਸਕਿਨ ਡਰਾਈ ਆ ਜਾਂ ਆਇਲੀ ਆ ਇਹ ਕਿੱਥਾ ਕਿਦਾਂ ਪਤਾ ਲੱਗੂਗਾ ਆਪਾਂ ਨੂੰ ਤੇ ਜਦੋਂ ਆਪਾਂ ਸਕਿਨ ਆਪਾਂ ਫੇਸ ਵਾਸ਼ ਕਰ ਲੈਂਦੇ ਆ ਤੇ ਆਪਣੀ ਇਦਾਂ ਖੁਸ਼ਕ ਜੀ ਸਕਿਨ ਹੁੰਦੀ ਆ ਤੇ ਉਹ ਆਪਣੀ ਖਿੱਚ ਪੈਣ ਲੱਗ ਜਾਂਦੀ ਆ ਇਦਾਂ ਆਪਣੇ ਫੇਸ ਦੇ ਉੱਤੇ ਇਦਾਂ ਅੱਖਾਂ ਦੇ ਕੋਲੇ ਨੂੰ ਖਿੱਚ ਜੀ ਪੈਣ ਲੱਗ ਜਾਂਦੀ ਆ ਫਿਰ ਆਪਾਂ ਨੂੰ ਉਹਦੇ ਵੀ ਲੋਸ਼ਨ ਲਾ ਲਈਏ ਵੀ ਖਿੱਚ ਜੀ ਪੈਣ ਲੱਗਦੀ ਆ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਖੁਸ਼ਕੀ ਆ ਤੇ ਜਿਹੜੀ oily ਹੁੰਦੀ ਆਪਾਂ ਜਦੋਂ ਫੇਸ ਵਾਸ਼ ਕਰਦੇ ਆ ਉਹ ਇਦਾਂ ਜਿਦਾ ਦੇ ਹੁਣ ਮੈਂ ਇਹਦੇ ਤੇ ਵੈਸਲੀਨ ਲਾਈਏ ਇਧਰਲੇ ਹੱਥ ਤੇ ਤੇ ਇਹਦੇ ਇਦਾਂ ਨਾ ਚਮਕ ਆਪਣੇ ਆਪ ਹੀ ਜਦੋਂ ਫੇਸ ਵਾਸ਼ ਕਰਨ ਤੋਂ ਬਾਅਦ ਇਦਾਂ ਆਪਣੇ ਆਪ ਫੇਸ ਦੇ ਉੱਤੋਂ ਇਦਾਂ ਤੇਲ ਜਾਂ ਚਮਕਣ ਲੱਗ ਜਾਂਦਾ ਤੇ ਇਹ ਵਾਲੀ ਜਿਹੜੀ ਇਹ ਵਾਲੀ ਸਕਿਨ ਹੁੰਦੀ ਆ ਇਹਦਾ ਆਪਾਂ ਨੂੰ ਫਾਇਦਾ ਬਹੁਤ ਹੁੰਦਾ ਇਹਦੇ ਨਾਲ ਕਦੇ ਵੀ ਝੁਰੜੀਆਂ ਨਹੀਂ ਪੈਂਦੀਆਂ ਹੈਗੀਆਂ ਪਰ ਇਹ ਆਪਾਂ ਨੂੰ ਔਖਾ ਬਹੁਤ ਕਰਦੀ ਆ ਜਦੋਂ ਬਾਰ-ਬਾਰ ਇਦਾਂ ਔਰ ਆਪਾਂ ਨੂੰ ਹੈਂਕੀ ਨਾਲ ਸਾਫ਼ ਕਰਨਾ ਪੈਂਦਾ ਆਪਣਾ ਫੇਸ ਗਰਮੀ 'ਚ ਤਾਂ ਬਹੁਤ ਜ਼ਿਆਦਾ ਔਖਾ ਕਰਦੀ ਆ ਪਰ ਇਹਦੇ ਨਾਲ ਝੁਰੜੀਆਂ ਨਹੀਂ ਪੈਂਦੀਆਂ ਤੇ ਜਿਹੜੀ ਆਪਣੀ ਇਹ ਖੁਸ਼ਕ ਸਕਿਨ ਹੁੰਦੀ ਆ ਡਰਾਈ ਹੁੰਦੀ ਆ ਇਹ ਇੱਕ ਨਾ ਇਹਦਾ ਝੁਰੜੀਆਂ ਪੈਣ ਦਾ ਬਹੁਤ ਖਤਰਾ ਹੁੰਦਾ ਜਦੋਂ ਆਪਣੀ ਖਿੱਚ ਜੀ ਪੈਂਦੀ ਰਹਿੰਦੀ ਆ ਤੇ ਫਿਰ ਆਪਣੇ ਝੁਰੜੀਆਂ ਜੀਆਂ ਪੈਣ ਲੱਗ ਜਾਂਦੇ ਨੇ ਅੱਖਾਂ ਕੋਲੇ ਨੂੰ ਝੁਰੜੀਆਂ ਪੈਣ ਲੱਗ ਜਾਂਦੀਆਂ ਨੇ ਤੇ ਇਹਨੂੰ ਫਿਰ ਆਪਾਂ ਨੂੰ ਓਇਲੀ ਬਣਾ ਕੇ ਰੱਖਣਾ ਪੈਂਦਾ ਇਹਦੇ ਵਿੱਚ ਆਪਾਂ ਨੂੰ ਬੇਸਣ ਦੇ ਵਿੱਚ ਜਿਹੜੀ ਆਪਣੀ ਦੁੱਧ ਦੀ ਕਰੀਮ ਹੁੰਦੀ ਆ ਉਹ ਪਾ ਕੇ ਉਹਦੇ ਨਾਲ ਆਪਾਂ ਨੂੰ ਮਾਲਿਸ਼ ਕਰਨੀ ਚਾਹੀਦੀ ਆ ਫਿਰ ਉਹਦੇ ਨਾਲ ਵਧੀਆ ਹੋ ਜਾਂਦੀ ਆ ਜਿਹੜੀ ਖੁਸ਼ਕ ਸਕਿਨ ਹੁੰਦੀ ਆ ਤੇ ਜਿਹੜੀ ਇਦਾਂ ਦੀ ਆਇਲੀ ਸਕਿਨ ਹੁੰਦੀ ਆ ਜਿਹਦਾ ਆਪਣੇ ਆਪ ਹੀ ਤੇਲ ਨਿਕਲਦਾ ਉਹਦੇ ਵਿੱਚ ਆਪਾਂ ਨੇ ਬੇਸਣ ਦੇ ਵਿੱਚ ਦਹੀਂ ਪਾਉਣਾ ਫਿਰ ਉਹਦੇ ਨਾਲ ਆਪਣੀ ਆਇਲੀ ਸਕਿਨ ਜਿਹੜੇ ਉਹ ਤੇਲ ਜਿਹੜਾ ਨਿਕਲਦਾ ਉਹ ਆਪਣਾ ਠੀਕ ਰਹਿੰਦਾ ਵਾ ਉਹਦੇ ਨਾਲ ਆ ਤੇਲ ਜੈ ਸੋਖਿਆ ਜਾਂਦਾ ਉਹਦੇ ਨਾਲ ਆਪਾਂ ਉਹ ਜੇ ਬੇਸਣ ਚ ਦਹੀਂ ਪਾ ਕੇ ਠੀਕ ਰਹਿੰਦਾ ਜਿਹੜੀ ਇਦਾਂ ਆਇਲੀ ਹੋਵੇ ਤੇ ਇਹਦੇ ਬੜੀ ਖੁਸ਼ਕ ਖੁਸ਼ਕ ਜਹੀ ਹੁੰਦੀ ਆ ਇਹਦੇ ਵਿੱਚ ਬੇਸਣ ਦੇ ਵਿੱਚ ਆਪਾਂ ਦੁੱਧ ਦੀ ਕਰੀਮ ਜਿਹੜੀ ਉੱਪਰੋਂ ਲਾਹੀ ਹੁੰਦੀ ਆ ਉਹ ਪਾ ਕੇ ਉਹਦੇ ਨਾਲ ਆਪਾਂ ਨੂੰ ਪਹਿਲਾਂ ਆਪਾਂ ਲਾ ਲੈਣਾ ਬੇਸਣ ਮੈਂ ਉਹਦੀ ਵੀ ਵੀਡੀਓ ਬਣਾਉਂਗੀ ਤੇ ਮੈਂ ਤੁਹਾਨੂੰ ਦੱਸੂਗੀ ਆਪਾਂ ਕਿੱਦਾਂ ਲਾਉਣਾ ਤੇ ਇਹ ਮੈਂ ਵੀਡੀਓ ਬਹੁਤ ਟਾਈਮ ਦੀ ਬਣਾਉਣ ਨੂੰ ਫਿਰਦੀ ਸੀ ਤੇ ਮੈਨੂੰ ਇਦਾਂ ਸੀ ਮੈਂ ਕਿੱਦਾਂ ਸਮਝਾਵਾਂ ਮੈਨੂੰ ਇਦਾਂ ਕੋਈ ਫੇਸ ਦੀ ਜ਼ਰੂਰਤ ਸੀ ਵੀ ਕਿੱਦਾਂ ਮੈਂ ਸਾਨੂੰ ਸਮਝਾਵਾਂ ਮੈਂ ਇਸ ਕਰਕੇ ਮੈਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਲੇਟ ਹੋ ਗਈਆਂ ਤੇ ਮੈਂ ਹੋਰ ਸਕਿਨ ਦੇ ਟਿਪਸ ਹੋਰ ਲੈ ਕੇ ਆਉਂਗੀ ਤੇ ਮੈਂ ਉਹਨਾਂ ਦੀ ਵੀ ਵੀਡੀਓ ਬਣਾਉਂਗੀ ਬਸ ਹੁਣ ਇਸ ਤੇ oily ਤੇ dry ਦੇ ਵਿੱਚ ਆਪਾਂ ਨੂੰ ਇਦਾਂ ਫਰਕ ਆਪਣੇ ਆਪ ਹੀ ਉਹ ਜਿਹੜੀ oily ਹੁੰਦੀ ਆ ਉਹ ਤਾਂ ਇੰਨਾ ਤੇਲ ਨਿਕਲਦਾ ਮੇਰੀ ਪਹਿਲਾਂ ਉਹ oily ਸੀ ਤੇ ਇਹ ਆਪਣੇ ਖਾਣ ਦੀ ਖੁਰਾਕ ਦੇ ਉੱਤੇ ਫਰਕ ਪੈਂਦਾ ਵਾ ਤੇ ਮੇਰੇ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਪਰ ਝੁਰੜੀਆਂ ਨਹੀਂ ਸੀ ਪੈਂਦੀਆਂ ਤੇ ਉਹ ਇਦਾਂ ਹਰ ਵਕਤ ਇਦਾਂ ਮੈਨੂੰ ਸਾਫ਼ ਕਰਨਾ ਪੈਂਦਾ ਸੀਗਾ ਫੇਸ ਜਦੋਂ ਵੀ ਆਪਾਂ ਕਿਤੇ ਜਾਂਦੇ ਆਉਂਦੇ ਸੀ ਤੇ ਆਪਣੇ ਮੇਕਅਪ ਵੀ ਕਰਿਆ ਹੁੰਦਾ ਸੀ ਉਹ ਇਦਾਂ ਆਇਲ ਜਿਆ ਨਿਕਲਿਆ ਹੁੰਦਾ ਸੀ ਫਿਰ ਮੈਨੂੰ ਉਹਨੂੰ ਸਾਫ਼ ਕਰਨਾ ਪੈਂਦਾ ਹੁੰਦਾ ਸੀ ਬਾਰ-ਬਾਰ ਇਹ ਔਖਾ ਕਰਦੀ ਹੁੰਦੀ ਸੀ ਪਰ ਇਹਦੇ ਨਾਲ ਚੁਰੜੀਆਂ ਨਹੀਂ ਪੈਂਦੀਆਂ ਤਾਂ ਪਰ ਜਿਹੜੀ ਹੁਣ ਮੇਰੀ ਡਰਾਈ ਸਕਿਨ ਆ ਤੇ ਹੁਣ ਮੈਨੂੰ ਇਹ ਜਦੋਂ ਮੈਂ ਬੇਸਣ ਦੇ ਵਿੱਚ ਆਪਣੀ ਕਰੀਮ ਪਾ ਕੇ ਲਾਉਣੀ ਆ ਇਹਦੇ ਨਾਲ ਬਹੁਤ ਜ਼ਿਆਦਾ ਚਮਕ ਆਉਂਦੀ ਆ ਤੇ ਹੁਣ ਮੇਰੀ ਡਰਾਈ ਸਕਿਨ ਤੇ ਇਹ ਆਪਣੇ ਖਰਾਕ ਦੇ ਨਾਲ ਫਰਕ ਪੈਂਦਾ ਵਾ ਦੇਸੀ ਘਿਓ ਖਾਣ ਦੇ ਨਾਲ ਆਪਣੀ oily skin ਹੋ ਜਾਂਦੀ ਹੈ ਤੇ ਜਦੋਂ ਪਰ ਦੇਸੀ ਘਿਓ ਛੱਡ ਦਿੰਦੇ ਆ ਫਿਰ ਆਪਣੀ dry skin ਹੁੰਦੀ ਆ ਤੇ ਇਦਾਂ ਨਹੀਂ ਵੀ ਛੱਡਣਸਾਰ ਹੋ ਜਾਂਦਾ ਕਾਫੀ ਟਾਈਮ ਬਾਅਦ ਫਰਕ ਪੈਣ ਲੱਗਦਾ ਵਾ ਤੇ ਹਾਂਜੀ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਧੰਨਵਾਦ ਜੀ